अस्सलाम वालेकुम जी। अपनी वीडियो का करन लगे आगाज ते असी बनाण ले अपना गार्डन ते लाए मिस्त्री अपने देसी बंदे स्पेशल इंडिया दी बुलाए ने। भाजी ऐ जरा की अपना नाम दसो जी। मेरा नाम अमरीक सिंह है जी। तुसी भाजी अपना नाम दसो जी। मेरा नाम जी लवप्रीत सिंह। थोड़ा उच्चा बोलो जी। तुसी भाजी शर्माणा नहीं इधर आओ जी। भाजी तुहाडा नाम की है भाजी? अपना नाम है जी ताज। कंक्रीट पांदे हो सारा कुछ इहदे बारे तुसीं कुछ दसो। असीं 4 इंच हार्डकोर पाउंदे, टाइप 1 हार्डकोर पाउंदे, वधिया हार्डकोर पाउंदे आ, ते 4 इंच कंक्रीट पाउंदे आ, ते फाइबर विच पा के दिंदे आ, ते जिहड़ा कलर एनी डिजाइन एनी कलर ਜਿਹੜਾ ਤੁਸੀਂ ਕਹੋਗੇ ਅਸੀਂ ਉਹ ਵਿੱਚ ਮਿਕਸ ਕਰਕੇ ਦਿੰਦੇ ਆ ਜੀ। ਬਿਲਕੁਲ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਡਿਜ਼ਾਈਨ ਮੈਂ ਦੱਸਾਂਗਾ, ਠੀਕ ਹੈ? ਸਾਰੀਆਂ ਤੁਹਾਨੂੰ ਜਿਹੜਾ ਮੈਂ ਨਾਲ ਪਿਕਚਰਾਂ ਵੀ ਚਲਾਵਾਂਗਾ। ਔਰ ਇਹ ਪ੍ਰੋਪਰ ਜਿਹੜਾ ਨਾ 100% ਬਿਹਤਰੀਨ ਕੰਮ ਕਰਦੇ ਨੇ। ਹੁਣ ਤੁਹਾਨੂੰ ਅਸੀਂ ਨਾਲ ਦੱਸਾਂਗੇ, ਤੇ ਭਾਜੀਰਾਂ ਦਾ ਨੰਬਰ ਵੀ ਮੈਂ ਮੈਨਸ਼ਨ ਕਰਾਂਗਾ। ਤੁਸੀਂ ਇੰਗਲੈਂਡ ਦੇ ਵਿੱਚ ਜਿੱਥੇ ਵੀ ਉਹ ਕੰਮ ਕਰਾਉਣਾ ਚਾਹੁੰਦੇ ਹੋ, ਮੋਸਟ ਵੈਲਕਮ। ਇਹਨਾਂ ਦੇ ਨੰਬਰ ਉੱਪਰ ਕਾਲ ਕਰੋ, ਔਰ ਜਿਹੜਾ ਤੁਸੀਂ ਐਂਡ ਵੀਡੀਓਜ਼ ਦੇਖੋਗੇ, ਇਹਨਾਂ ਦਾ ਕੰਮ ਦੇਖੋਗੇ, ਤਾਂ ਤੁਸੀਂ ਖੁਦ ਜਿਹੜਾ ਇਹਨਾਂ ਦੇ ਨਾਲ ਰਾਬਤਾ ਕਰੋਗੇ ਇਨਸ਼ਾਅੱਲਾ। ਤਾਂ ਭਾਅ ਜੀ ਹੁਣ ਕੰਮ ਸਟਾਰਟ ਕਰ ਲੈਣ, ਤਾਂ ਤੁਹਾਨੂੰ ਅਸੀਂ ਨਾਲ ਦੱਸਣ ਲੱਗੇ ਹਾਂ। ਫਿਲਹਾਲ ਸਿਰਫ ਇਹ ਫੈਂਸ ਜਿਹੜਾ ਨਾ ਇਹ ਫਿਕਸ ਕਰਨ ਲੱਗੇ ਨੇ। ਇਹ ਦੇਖ ਸਕਦੇ ਹੋ ਤੁਸੀਂ ਸਾਰਾ ਇਹ ਇਹਨਾਂ ਨੇ, ਮੈਂ ਤੁਹਾਨੂੰ ਦੱਸਣਾ ਵਾਂ ਦੂਏ ਪਾਸਾ ਕੈਮਰਾ ਕਰਕੇ, ਇਹ ਸਾਰਾ ਇਹਨਾਂ ਨੇ ਬੈਲੈਂਸ ਕੀਤਾ। ਕਿਉਂਕਿ ਸ਼ੁਰੂ ਦੇ ਵਿੱਚ ਮੈਂ ਥੋੜ੍ਹਾ ਜਿਹਾ ਘਰ ਕੋ ਨਹੀਂ ਸੀ, ਕੰਮੇ ਉੱਪਰ ਸੀ, ਤਾਂ ਵਾਸਤੇ ਵੀਡੀਓ ਨਹੀਂ ਬਣ ਸਕੀ। ਇਹ ਦੇਖੋ ਇਹ ਸਾਰਾ ਇੱਥੇ ਗਰੋਸ ਸੀ, ਇਹ ਸਾਰਾ ਇਹਨਾਂ ਨੇ ਗਰੋਸ ਪਹਿਲਾਂ ਪਟਿਆ ਵਾ। ਇਹ ਹੁਣ ਫੈਂਸ ਫਿਕਸ ਕਰਨ ਲੈਣ ਦੋ ਪਾਸੇ, ਤੇ ਤੁਹਾਨੂੰ ਨਾਲ ਇਹਨਾਂ ਦਾ ਅਸੀਂ ਕੰਮ ਵੀ ਦੱਸਾਂਗੇ। ਲਓ ਜੀ ਲਾ ਲਿਓ, ਹੁਣ ਇਹਦੇ 'ਚ ਲੈਵਲ ਕਰਨ ਵਾਸਤੇ ਸਾਨੂੰ 3 ਸਲਾਈਪਾਂ ਪਾਣੀਆਂ ਪਈਆਂ ਨੇ। ਕਿਉਂ ਭਾਅ ਜੀ? ਸਲੇਪਾਂ ਸਾਰੀਆਂ ਇਹ ਪਈਆਂ ਨੇ, ਇਹ ਸਲੇਪਾਂ, ਕਿਉਂਕਿ ਅਸੀਂ ਦੀਵਾਰ ਸਾਰੀ ਕਵਰ ਕਰਨੀ ਸੀ। ਦੀਵਾਰ ਭੈੜੀ ਬੜੀ ਹੈ, ਇਹਨੂੰ ਕੁਝ ਕਰ ਨਹੀਂ ਸਕਦੇ। ਇਹ ਆ ਸਾਡੀ ਸਾਂਝੀ ਦੀਵਾਰ ਹੈ, ਤੇ ਸਾਡੀ ਤਾਂ ਨੇਬਰਾਂ ਦੀ, ਜਿਹਦੇ ਕਰਕੇ ਹੁਣ ਇਹ ਸਾਰੀ ਅਸੀਂ ਲੱਗੇ ਹਾਂ ਰਿਕਵਰ ਕਰਨ। ਕਾਰੀਗਰ ਮੈਂ ਸਪੈਸ਼ਲ ਇੰਡੀਆ 'ਚ ਮੰਗਾਇਆ, ਦੱਸ ਲਓ ਤੁਸੀਂ। ਫਸਟ ਕਲਾਸ ਬਿਹਤਰੀਨ। ਲਓ ਜੀ ਜਨਾਬ, ਫੈਂਸ ਸਾਡੇ ਸਾਰੇ ਲੱਗ ਗਏ ਨੇ, ਦੱਖ ਲਓ ਜਣਿਆਂ ਨੇ ਸਾਰੇ ਫੈਂਸ ਜਿਹੜੇ ਨੇ ਫਿਕਸ ਕਰ ਛੋੜੇ ਨੇ। ਆਖਰੀ ਹੈ ਇਹ, ਆਖਰੀ ਲਾ ਕੇ ਅਤੇ ਉਸ ਤੋਂ ਬਾਅਦ ਫਿਰ ਫਲੋਰ ਉੱਪਰ ਜਿਹੜਾ ਮੇਰਾ ਹਾਲ ਹੈ ਕੋਈ ਕੰਕਰੀਟ ਸ਼ੀਟ ਪਾਉਣਗੇ, ਕੁਝ ਕਰਨਗੇ, ਤੁਹਾਨੂੰ ਨਾਲ ਦੱਸਣੇ ਆ। ਬਿਹਤਰੀਨ ਜ਼ਬਰਦਸਤ, ਇਹ ਹੁਣ ਲਾਸਟ ਬਿੱਟ ਹੈ, ਇਹਨੂੰ ਲਾ ਕੇ ਦੱਖ ਲਓ ਬਿਹਤਰੀਨ ਫਿਕਸ ਕੀਤੇ ਨੇ, ਜ਼ਬਰਦਸਤ। ਸਾਡੀ ਪਿੱਛੋਂ ਜਿਹੜੀ ਕੰਧ ਆ ਸਾਰੀ ਛੁਪਾ ਛੱਡੀ, ਵੈਲ ਡਨ ਜਣਿਓ, ਵੈਲ ਡਨ। ਦੱਸ ਲਓ ਤੁਹਾਨੂੰ ਮੈਂ ਪ੍ਰਮੋਟ ਲੱਗੇ ਹਾਂ ਕਰਨ। ਲਓ ਜੀ ਭਾਅ ਜੀ, ਹੁਣ ਪਾਰਨੇ ਦੇ ਅੰਦਰ ਜਿਹੜਾ ਕੰਕਰੀਟ, ਆਪਣੀ ਜ਼ਬਾਨ ਨੂੰ ਪ੍ਰਮੋਟ ਕਰੋ। ਹਾਂ ਦੇਖੋ
ਸਹੀ ਗੱਲ ਹੈ। ਲੋ ਜੀ ਜਨਾਬ ਆ ਤੱਕੋ ਨਾ ਇਹ ਚੋਰਸ ਬਣਾਇਆ, ਇਹ ਮਿਡਲ ਵਿੱਚ ਰਿਹਾ ਸੀ ਘਾਹ, ਠੀਕ ਹੋ ਗਿਆ। ਲਾ ਲਿਓ ਨਾ, ਲਾ ਛੋੜੀਆਂ ਨੇ ਇੱਥੇ ਟਿੰਬਰਾਂ ਜੀਆਂ, ਬਿਲਕੁਲ ਬਿਹਤਰੀਨ। ਹੁਣ ਇੱਥੇ ਇੱਕ ਫੱਟੀ ਲਗਾ ਕੇ ਬਿਲਕੁਲ ਚੋਰਸ ਹੋ ਜਾਏਗਾ, ਮਿਡਲ ਵਿੱਚ ਹੋਵੇਗਾ ਘਾਹ, ਤਾਂ ਇਹਦੇ ਚਾਰ ਚੁਫੇਰੇ ਬਿਲਕੁਲ ਕੰਕਰੀਟ ਦਾ, ਉਸ ਤੋਂ ਬਾਅਦ ਪੂਰਾ ਡਿਜ਼ਾਇਨ ਬਣਿਆ ਸੀ ਤਾਂ ਪੂਰਾ ਮਾਹੌਲ ਬਚ ਜਾਏਗਾ, ਜ਼ਬਰਦਸਤ ਹੈ, ਬਿਹਤਰੀਨ। ਹੁਣ ਦੇਖੋ ਇੱਥੇ ਲੱਗੇ ਨੇ ਪੈਨਲ ਜਾਂ ਲਾਉਣ, ਕਿਉਂਕਿ ਇਹ ਹੈ ਦਰਖਤ, ਤਾਂ ਇਹ ਦਰਖਤ ਦੀਆਂ ਜੜ੍ਹਾਂ ਨੇ ਜਿਹਦੀ ਵਜ੍ਹਾ ਨਾਲ ਕਰਕੇ ਇਹਨਾਂ ਦੇਖੋ ਪੂਰਾ ਇੱਥੇ ਇਹਨਾਂ ਨੇ ਹੁਣੇ ਪੂਰਾ ਪੈਨਲ ਲਾਇਆ ਵੈ, ਇੱਥੇ ਪੂਰੀ ਪੱਟੀ ਬਣ ਸੀ, ਫਿਰ ਉਹ ਜਿਹੜਾ ਦਰਖਤ ਦਾ ਹਿੱਸਾ ਸੀ ਇੱਥੇ ਅਸੀਂ ਸਟੋਨ ਲਿਆ ਕੇ ਨਾ ਵਿੱਚ ਪਾ ਛੋੜਾਂਗੇ। ਔਰ ਇਹੋ ਜਿਹੇ ਕਾਰੀਗਰ ਤੁਹਾਨੂੰ ਬਹੁਤ ਘੱਟ ਮਿਲਣੇ ਨੇ, ਖਾਸ ਕਰ ਆਪਣੇ ਬੰਦਿਆਂ ਵਿੱਚ। ਇਨਸ਼ਾਅੱਲਾ ਨੰਬਰ ਮੈਂ ਮੈਨਸ਼ਨ ਕੀਤੇ ਆ ਵਾ, ਤੁਸੀਂ ਇਹਨਾਂ ਨਾਲ ਰਾਬਤਾ ਕਰੋ ਕਰਕੇ, ਤਾਂ ਜਨਾਬ ਭਾਈ ਜੀ ਯਕੀਨ ਕਰੋ ਸਹੀ 100% ਕੰਮ ਕਰਦੇ ਨੇ, ਇਹ ਕੰਮ ਨੂੰ ਕੰਮ ਸਮਝ ਕੇ ਕਰਦੇ ਨੇ, ਸਮਝ ਲੱਗੀ ਹੈ। ਇਹਨਾਂ ਨੂੰ ਪੈਸੇ ਦੀ ਲਾਲਚ ਕੋ ਨਹੀਂ, ਮੈਨੂੰ ਐਕਸਪੀਰੀਅੰਸ ਹੋ ਗਿਆ, ਦੇਖ ਲਓ ਉਹਨਾਂ ਨੂੰ ਫਿਕਰ ਸੀ ਤਾਂ ਅੱਜ ਛੁੱਟੀ ਸੀ ਤਾਂ ਵੀ ਅਗਲੇ ਆ ਗਏ। ਓਕੇ ਓਕੇ ਤਾਂ ਹਲੋ ਜੀ ਲਾ ਲਿਓ, ਕੰਮ ਸ਼ੁਰੂ ਕਰ ਦਿੱਤਾ ਨੇ ਜਣੇ। ਲਓ ਜੀ ਜਨਾਬ, ਅੱਜ 4-5 ਦਿਨ ਦੀ ਬਾਅਦ ਜਣੇ ਆਏ ਨੇ, ਇਹ ਤਾਂ ਹਲੋ ਤੁਸੀਂ ਇਹ ਪਿੱਛਾ ਲੱਗੇ ਨੇ ਕੰਕਰੀਟ ਪਾਉਣ, ਭਾਈ ਹੋਰੀ ਸਹੀ ਟਾਈਮ ਦੇ ਪ੍ਰਬੰਧ ਨੇ, ਮੈਂ ਸੋਚਿਆ ਸੀ ਲੇਟ ਆਸਣ ਪਰ ਸਹੀ ਟਾਈਮੇ ਤਾਂ ਆਏ ਪੂਰੇ ਟਾਈਮ ਤੇ। ਜਨਾਬ ਤੁਹਾਨੂੰ ਅੱਜ ਪੂਰੀ ਕੰਕਰੀਟ ਇੱਥੇ ਪਵੇਗੀ, ਤਾਂ ਤੁਹਾਨੂੰ ਪੂਰਾ ਦੱਸਾਂਗੇ ਆਪਣੀ ਵੀਡੀਓ ਦੇ ਅੰਦਰ। ਫਿਰ ਪਿੱਛਾ ਰਹਿ ਜਾਏਗੀ ਪਾਲਿਸ਼, ਕਿਉਂ ਜੀ ਲਾ ਲਿਓ ਪਾਲਿਸ਼ ਰਹਿ ਜਾਏਗੀ, ਫਿਰ ਪਾਲਿਸ਼ ਦਾ ਵੀ ਤੁਹਾਨੂੰ ਦੱਸਾਂਗੇ। ਤਕਰੀਬਨ 4 ਇੰਚ ਜਿਹੜਾ ਨਾ ਇਹ ਲੱਗੇ ਨੇ ਪਾਉਣ, ਕਿਉਂ ਜੀ 4 ਇੰਚ ਹੈ ਨਾ ਇਹ, 4-5 ਇੰਚ ਇਹ ਤਾਂ ਹਲੋ, ਕਿਉਂਕਿ ਇਹ ਜਿਤਨੀ ਆ ਦੰਦੀ ਲੱਗੀ ਆ ਨਾ ਨਜ਼ਰ ਆ ਰਹੀ ਹੈ, ਇਸ ਦੰਦੀ ਨੂੰ ਬੈਲੈਂਸ ਕਰਨਾ ਨੇ ਸਾਰਾ, ਤਾਂ ਇਹ ਤਕਰੀਬਨ ਮੈਂ ਖੁਦ ਦਰਜ਼ੀ ਹਾਂ, ਇਹ 4-5 ਇੰਚ ਨਾਲ ਜ਼ਿਆਦਾ ਹੀ ਬਣਦੀ ਆ, ਵੀ ਤੱਕ ਇਹ ਪੂਰਾ ਮੇਰਾ ਹੱਥ ਹੈ, ਸੋ ਇਤਨੀ ਨਾ ਕੰਕਰੀਟ ਪਾਉਣੀ ਆ ਬੇ। ਲਓ ਜੀ ਜਨਾਬ ਹੈ ਤੱਕੋ, ਹੁਣ ਦੂਸਰੀ ਸਾਈਡ ਦੀ ਸਟਾਰਟ ਕੀਤੇ ਆ ਨੇ, ਦੋਵਾਂ ਪਾਸਾਂ ਦਾ ਲੱਗੇ ਨੇ ਪਾਉਣ, ਤਾਂ ਹਲੋ ਲੈਵਲ ਕੈਸਾ ਕਰਦੇ ਨੇ, ਬਿਹਤਰੀਨ ਲੈਵਲ ਕਰਸਣ ਹਰ ਪਾਸਾ ਇੱਕੋ ਜਿਹਾ, ਜਿੱਧਰ ਢਲਾਣ ਰੱਖਣੀ ਆ ਉੱਧਰ ਥੋੜ੍ਹੀ ਜਿਹੀ ਢਲਾਣ ਰੱਖਣ, ਪੂਰੇ ਬਿਹਤਰੀਨ ਕਾਰੀਗਰ ਨੇ। ਲਓ ਹਾਂਜੀ, ਕੰਕਰੀਟ ਸਾਰੀ ਹੋ ਗਈ ਆ ਤਕਰੀਬਨ ਕੰਪਲੀਟ, ਤਾਂ ਇਸ ਤੋਂ ਬਾਅਦ ਹੁਣ ਡਿਜ਼ਾਇਨ ਇਹਦੇ ਉੱਪਰ ਕਿਲਾ ਜਨਾਬ ਦੱਸੋ ਹੁਣ ਕੋਈ ਥੋੜਾ ਜਿਹਾ ਸਾਨੂੰ ਜਿਹੜਾ ਨਾ, ਇਹਨੂੰ ਭਾਜੀ 3 ਘੰਟੇ ਲੱਗ ਜਾਣੇ ਜੀ, 3 ਘੰਟੇ ਦੀ ਬਾਅਦ ਹਜੇ ਇਹਦੇ ਤੇ ਰੰਗ ਪੈਣਾ, ਰੰਗ ਪੈ ਕੇ ਉਦੋਂ ਬਾਅਦ ਡਿਜ਼ਾਈਨ ਉੱਤੇ ਪ੍ਰਿੰਟਿੰਗ ਦਫਣੇ, ਇਹਦਾ ਮਤਲਬ ਕੰਮ ਬੜਾ ਵਾ ਪਿੱਛੇ ਤੇ, ਸ਼ਾਮਾਂ ਪੈ ਜਾਣੀਆਂ ਜੀ, ਸ਼ਾਮਾਂ ਪੈ ਜਾਣੀਆਂ ਨੇ ਇੱਥੇ। ਲਓ ਜੀ ਜਨਾਬ ਹੁਣ ਆ ਤੱਕੋ, ਇਹ ਲੱਗੇ ਨੂੰ ਹੁਣ ਕਲਰ ਪਾਉਣ ਦੇ ਉੱਪਰ। ਲਓ ਜੀ ਅਸੀਂ ਇਹ ਜਨਾਬ ਗ੍ਰੇ ਕਲਰ ਯੂਜ਼ ਕੀਤਾ ਸੀ, ਕਲਰ ਇਹਨਾਂ ਕੋਲ ਠੀਕ ਠਾਕ ਕਲਰ ਨੇ, ਕਿਉਂ ਲਾ ਲਿਓ ਕਲਰ ਹੋਰ ਵੀ ਕਾਫੀ ਨਾ, ਉਹ ਮੈਂ ਕਲਰ ਸਾਰੇ ਦੱਸ ਛੋੜਾਂਗਾ, ਮੇਰੇ ਕੋਲ ਲੀਫਲੇਟ ਪਏ ਆ ਤੁਹਾਡਾ, ਠੀਕ ਹੈ ਨਾ, ਮੈਂ ਫੋਟੋ ਮੈਨਸ਼ਨ ਕਰ ਦਿਆਂਗਾ ਇਨਸ਼ਾਅੱਲਾ। ਕਲਰ ਤੁਸੀਂ ਜਿਹੜਾ ਦਿਲ ਚੂਜ਼ ਕਰ ਸੋ ਤੁਹਾਨੂੰ ਮਿਲੇਗਾ, ਡਿਜ਼ਾਇਨ ਜਿਹੜਾ ਦਿਲ ਚੂਜ਼ ਕਰ ਸੋ ਤੁਹਾਨੂੰ ਮਿਲੇਗਾ, ਹਰ ਚੀਜ਼ ਇਹਨਾਂ ਕੋਲ ਮਤਲਬ ਕਿ ਪ੍ਰੋਪਰ ਤਰੀਕੇ ਦੇ ਨਾਲ ਮੌਜੂਦ ਹੈ। ਐਸੀ ਗ੍ਰੇ ਕਲਰ ਯੂ ਚੂਜ਼ ਕੀਤਾ ਸੀ, ਇਹ ਕਿਹੜਾ ਕਲਰ ਹੈ, ਇਹ ਮੇਰੇ ਹਾਲ ਫਿਲਟ ਗ੍ਰੇ, ਬਿਲਕੁਲ ਹੈ ਸਲੇਟ ਗ੍ਰੇ ਹੈ ਇਹ ਕਲਰ। ਲਓ ਹਾਂਜੀ ਲਾ ਲਿਓ, ਲੱਗੇ ਨਾ ਪਰੂਲਾ ਫੈਲਣ, ਇਹ ਕਲਰ ਮਿਕਸ ਕਰਨੇ ਵਾਸਤੇ, ਹਾਂਜੀ ਦੱਸ ਲਓ ਇਹ ਹੁਣ ਇਹਨਾਂ ਕਲਰ ਸਾਰਾ ਪਾਇਆ ਉੱਪਰ, ਠੀਕ ਹੈ, ਇਹ ਐਲ ਹਿੱਸੇ 'ਚ ਰਹਿ ਗਿਆ, ਹੁਣ ਤਾਂ ਰੂਲਾ ਲੱਗੇ ਨੇ ਫੇਰਨ ਕੇ ਸੁੱਕਣਾ ਜਾ ਕੇ, ਇਹ ਹੁਣ ਰੂਲਾ ਫੇਰ ਕੇ ਸਹੀ ਤਰ੍ਹਾਂ ਪ੍ਰੋਪਰ ਜਿਹੜਾ ਕਲਰ ਮਿਕਸ ਹੋ ਜਾਏਗਾ ਸਾਰਾ, ਬਿਲਕੁਲ ਇਸ ਦੇ ਉੱਪਰ ਵੀ ਘੋਰ ਪਏਗਾ ਫਿਰ, ਠੀਕ ਠੀਕ।
ਲੋਹਾਂ ਜਨਾਬ ਤਾਂ ਤੁਹਾਨੂੰ ਲਾਲੇ ਲੱਗੇ ਨਹਾਉਣ ਪਲਸਤਰ ਕਰਨ ਬਿਲਕੁਲ ਹੈ ਬਿਲਕੁਲ ਇੱਕ ਜਣਾ ਉਹ ਸਾਹਮਣਾ ਲੱਗੇ ਤਾਹਲ ਇੱਕ ਨੇ ਉਸ ਪਾਸੋਂ ਸ਼ੁਰੂ ਕੀਤਾ ਦੂਏ ਜਿਹੜੇ ਨੇ ਇਸ ਪਾਸੋਂ ਤਾਹਲ ਬੇਹਤਰੀਨ ਇਹਨੂੰ ਜਿਹੜਾ ਨਾ ਸਹੀ ਫਰਸ਼ ਹਾਰ ਕਰਦੇ ਸਨ ਹੈ ਲਾ ਲਿਓ ਇਸੇ ਤਰੀਕੇ ਨਾ ਬਿਲਕੁਲ ਫਿਰ ਇਸ ਤੋਂ ਬਾਅਦ ਇਹਦੇ ਉੱਪਰ ਬਣ ਸੀ ਬਾਅਦ ਵਿੱਚ ਡਿਜ਼ਾਇਨ ਬੜੀ ਭਾਈ ਜੀ ਮਿਹਨਤ ਕਰਨੀ ਪੈਂਦੀ ਹੈ ਤਾਂ ਲੋਕ ਕਿਤਨੇ ਜਣੇ ਲੱਗੇ ਹਨ ਮਿਹਨਤ ਕਰਨ ਨਜ਼ਰ ਆ ਰਹੇ ਫਲੋਰ ਬਿਲਕੁਲ ਆਖ ਲਓ ਜੀ ਜਣੇ ਬਹੁਤ ਮਿਹਨਤ ਕਰ ਰਹੇ ਨੇ ਦਿਲੇ ਨਾਲ ਕੰਮ ਕਰਦੇ ਨੇ ਦਿਲ ਨਾਲ ਪੈਸੇ ਵੀ ਫਿਰ ਦਿਲ ਨਾਲ ਹੀ ਲੈਂਦੇ ਨੇ ਬਿਲਕੁਲ ਜਿਹੜਾ ਇਹ ਪੈਸੇ ਮੰਗਦੇ ਨੇ ਨਾ ਫਿਰ ਕਸਟਮਰ ਆਦਾ ਯਾਰ ਕੀ ਕਰੀਏ ਹੁਣ ਨਹੀਂ ਕੰਮ ਸੋਹਣਾ ਕਰਦੇ ਨੇ ਯਕੀਨ ਕਰੋ ਬਿਹਤਰੀਨ ਕੰਮ ਦੇਖੋ ਦੋ ਜਣੇ ਲੱਗੇ ਨਹਾਉਣ ਲੱਗੇ ਪ੍ਰੋਪਰ ਇਹਦਾ ਫਰਸ਼ ਬਣਾਉਣ ਲਓ ਹਾਂ ਜੀ ਜਨਾਬ ਹੈ ਤੱਕੋ ਹਾਂ ਬਿਲਕੁਲ ਇਹ ਡਿਜ਼ਾਇਨ ਲੱਗ ਰਿਹਾ ਨਾ ਬਣ ਰਿਹਾ ਉੱਪਰ ਸੁੱਕਾ ਸਟਿਆ ਨੇ ਉੱਪਰ ਕਲਰ ਨਾਲ ਵੀਡੀਓ ਲੱਗੇ ਆ ਬਣਾਉਣ ਪੂਰੀ ਪੂਰਾ ਇੱਕ ਵਲੱਗ ਬਣਾ ਸਾ ਨਾ ਤਾਂ ਜੇ ਬੰਦਿਆਂ ਨੂੰ ਜਿਹੜਾ ਨਾ ਪਤਾ ਲੱਗਿਆ ਪੂਰਾ ਮਾਹੌਲ ਹੱਥ ਗੰਦੇ ਜਿਹੜਾ ਵੈਸੇ ਹੀ ਜ਼ਹਿਰਾ ਚੀਜ਼ਾਂ ਚੀਜ਼ਾਂ ਚੁੱਕੋ ਅੱਗਾ ਪਿੱਛਾ ਤਾਂ ਫਿਰ ਲੋ ਹਾਂਜੀ ਜਨਾਬ ਹੈ ਤੱਕੋ ਡਿਜ਼ਾਇਨ ਬਣਦਾ ਨਾ ਪਿਆ ਬਿਹਤਰੀਨ ਲੋ ਹਾਂਜੀ ਜਨਾਬ ਹੈ ਦੇਖੋ ਹਾਂ ਅੱਧਾ ਅਗਲਿਆਂ ਡਿਜ਼ਾਇਨ ਕੰਪਲੀਟ ਕਰ ਛੋੜਿਆ ਠੀਕ ਹੈ ਸਾਰੀ ਵੀਡੀਓ 'ਚ ਨਹੀਂ ਦੱਸ ਸਕਦੇ ਵੀਡੀਓ ਬਹੁਤ ਲੰਬੀ ਹੋ ਜਾਏਗੀ ਅਤੇ ਵਿੱਚੋਂ ਥੋੜ੍ਹਾ ਥੋੜ੍ਹਾ ਤੁਹਾਨੂੰ ਦੱਸਣ ਲੱਗੇ ਹਾਂ ਇਹ ਇਹਨਾਂ ਦਾ ਸਾਂਚਾ ਹੁੰਦਾ ਅਤੇ ਇਸ ਦੇ ਨਾਲ ਇਹ ਡਿਜ਼ਾਇਨ ਬਣਾਉਂਦੇ ਨੇ ਬੜਾ ਬਿਹਤਰੀਨ ਹੋਰ ਥੋੜ੍ਹੀ ਦੇਰ ਬਾਅਦ ਇਹ ਜਿਹੜਾ ਵਾ ਕੰਪਲੀਟ ਹੋ ਜਾਏਗਾ ਸਾਰਾ ਡਿਜ਼ਾਇਨ ਤਾਂ ਫਿਰ ਤੁਹਾਨੂੰ ਪੂਰਾ ਜਿਹੜਾ ਨਾ ਕੰਪਲੀਟ ਅਸੀਂ ਫਿਰ ਦੱਸਣੇ ਹਾਂ ਥੋੜ੍ਹੀ ਦੇਰ ਦੀ ਬਾਅਦ ਅਤੇ ਸਾਡੇ ਨਾਲ ਜਿਹੜਾ ਜੁੜੇ ਰਹੋ ਲਓ ਜੀ ਜਨਾਬ ਹੈ ਤਾਂ ਖੁਦ ਡਿਜ਼ਾਇਨ ਸਾਰਾ ਜਣਿਆ ਪਾ ਛੋੜਿਆ ਪੂਰੀ ਦਿਹਾੜ ਲਾਈ ਨੇ ਅੱਜ ਕੰਪਲੀਟ ਹੋ ਗਿਆ ਸਾਰਾ ਡਿਜ਼ਾਇਨ ਇਹ ਬਿਲਕੁਲ ਐਂਡ ਹੋ ਗਿਆ ਫਸਟ ਕਲਾਸ ਬਿਹਤਰੀਨ ਸੁਬਹਾ 7:30 ਵਜੇ ਸਟਾਰਟ ਕੀਤਾ ਸੀ ਜਣਿਆ ਤਾਂ ਹੁਣ ਬਸ ਹਨੇਰਾ ਪੈਣ ਵਾਲਾ ਹੈ ਤਾਂ ਲਓ ਸਾਰਾ ਡਿਜ਼ਾਇਨ ਪਾਇਆ ਨੇ ਪੂਰੇ ਗਾਰਡਨ ਦੇ ਵਿੱਚ ਹੁਣ ਬਸ ਬਿਲਕੁਲ ਐਂਡ ਹੋ ਗਿਆ ਲਓ ਜੀ ਜਨਾਬ ਦੇਖੋ ਸਾਰਾ ਰੈਡੀ ਹੋ ਗਿਆ ਡਿਜ਼ਾਇਨ ਸਾਰਾ ਬਣ ਗਿਆ ਸਾਰੇ ਕਿੱਧਰ ਹੈ ਬਿਲਕੁਲ ਫਸਟ ਕਲਾਸ ਹੁਣ ਜਿਹੜਾ ਇਹਦੇ ਉੱਪਰ ਪਾਲਿਸ਼ ਹੋਵੇਗੀ ਦੋ ਵੀਕ ਦੀ ਬਾਅਦ ਜਾਂ ਵੀਕ ਬਾਅਦ ਬਾਕੀ ਡਿਜ਼ਾਇਨ ਸਾਰਾ ਤਕਰੀਬਨ ਰੈਡੀ ਹੋ ਗਿਆ ਜਣੇ ਆ ਤਾਂ ਹਲੋ ਲੱਗੇ ਨਾ ਹੱਥ ਸ਼ੱਥ ਧੋਣ ਬੜੀ ਮਿਹਨਤ ਕੀਤੀ ਨੇ ਹੱਥ ਮੂੰਹ ਕਾਲੇ ਕੀਤੇ ਅਤੇ ਬਿਲਕੁਲ ਤਾਂ ਹੁਣ ਇਨਸ਼ਾਅੱਲਾ ਜਿਹੜਾ ਨਾ ਇਸ ਤੋਂ ਬਾਅਦ ਉੱਪਰ ਇਸਦੇ ਲਾਸਟ ਬਿਟ ਰਹਿ ਗਈ ਹੈ ਪਾਲਿਸ਼ ਇਸਦੀ ਜਨਾਬ ਸਰਦਾਰ ਜੀ ਫਿਰ ਆ ਗਏ ਨੇ ਇਹ ਜਿਹੜਾ ਉੱਪਰ ਪਾਇਆ ਸੀ ਨਾ ਕੀ ਨਾਂ ਤੇ ਇਹਦੇ ਉੱਪਰ ਕੀ ਪਾਇਆ ਸੀ ਸਰਦਾਰ ਜੀ ਰਿਲੀਜ਼ ਪਾਊਡਰ ਜਿਹਾ ਜਿਹਾ ਤਾਂ ਉਹ ਭਾਈ ਉਹ ਲੱਗੇ ਕੱਟ ਲਾਉਣ ਉੱਧਰ ਤਾਂ ਜੋ ਜਿਹੜਾ ਕਰੈਕ ਨਾ ਹੋਵੇ ਹੁਣ ਇਸ ਤੋਂ ਬਾਅਦ ਇਹਦੇ ਉੱਪਰ ਵੱਜੇਗੀ ਪਾਲਿਸ਼ ਲਓ ਹਾਂਜੀ ਜਨਾਬ ਉਹਨਾਂ ਤੱਕੋ ਲੱਗੇ ਨੇ ਕਾਸ਼ਾ ਪਾਉਣ ਘਰ ਦੀ ਵੀ ਜਿਹੜਾ ਤੁਹਾਨੂੰ ਮੈਂ ਚਲੋ ਨਾਲ ਥੋੜ੍ਹੀ ਜਿਹੀ ਵੀਡੀਓ ਦੱਸ ਦਿਆਂ ਹੁਣ ਘਾਹ ਵੀ ਇਹਦੇ ਮਿਡਲ ਦੇ ਵਿੱਚ ਫਿਕਸ ਕਰਨਗੇ ਤਾਂ ਫਿਰ ਪੂਰਾ ਗਾਰਡਨ ਤਿਆਰ ਹੋਵੇਗਾ ਲਓ ਹਾਂਜੀ ਜਨਾਬ ਪਾਲਿਸ਼ ਹੁਣ ਨਾ ਮਾਰਨੀ ਸ਼ੁਰੂ ਕਰ ਦਿੱਤੀ ਹੈ ਦੇਖ ਲਓ ਲੱਗੇ ਨੇ ਪਾਲਿਸ਼ ਆਲਿਸ਼ ਮਾਰਨ ਇਸਦੇ ਉੱਪਰ ਅਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਬਾਅਦ ਵਿੱਚ ਦੱਸਦੇ ਹਾਂ ਜਿਹੜਾ ਸਾਰੀ ਪਾਲਿਸ਼ ਹੁਣ ਕੰਪਲੀਟ ਹੋਈ ਤਾਂ ਜਣਿਆਂ ਨੇ ਖੂਬ ਮਿਹਨਤ ਕੀਤੀ ਹੈ
ये पॉलिश दी जेड़े है ना मेन इसका कमाल है। हूँ ये शाइनिंग आवेगी इसके बाद जिला ये सारी पॉलिश कंप्लीट होगी। लो हाँ जी जनाब, फर्स्ट क्लास देखो कैसी पॉलिश हुई है। सरदार और ने तखो बल्ले बल्ले करा दी है। तो देखो तुसी सारा फ्लोर देखो कितनी फर्स्ट क्लास बेहतरीन तरीके दे ना पॉलिश हुई है। यकीन करो कि लश लश करता पाया सारा फ्लोर। सो देख लो तुसी कितनी मेहनत की ने। देखो गार्डन के सी ते के बना छोड़िया इन्हों जनिया ने। तो बड़ी मेहनत करके मेरा गार्डन इन्होंने तैयार किया। यकीन करो बड़ी खुशी हुई है। देखो कितना खूबसूरत हो गया मेरा गार्डन। लो जी जनाब, देखो सरदार और ने साडा गार्डन कितनी मेहनत प्यार दे नाल तैयार किया है। तो अज इन्हों का आखिरी दिन है। लगे न जरा कि टिच टुच करन, कोई फिनिशिंग करन आए न, कोई तखण आए न, कोई रंग शंग खुड़िया तो नहीं, जेड़ा कल पॉलिश मारी है सारा कुछ। पॉलिश के दौरान मैं इतने है कौन सा, तो जिदी वजह नाल करके मैं कल थोड़ी वीडियो नहीं ज़्यादा बना सकिया। तो देख लो इन्हों का काम तुम देख लिया पूरी वीडियो च। यह जना है भी कल ना लाता ने, तुम्हें जनिया भी चा जा। तो सरदार जी तुहाडा थैंक यू सो मच। और सरदार और जड़ा ना बड़े प्यार नाल ता बड़ी मेहनत नाल काम किया वै, क्योंकि सानू दिसदा सारा कुछ। और जिदी वजह नाल इन्हां नू काफ़ी सारिया, क्यों सरदार जी कितनियां जापां तुहानू लभियां इस काम की वजह नाल? मेरे कहना दा बार जोबा मिल गई। बिल्कुल, तो क्योंकि काम में सारी जगह इस तरह ही करते हैं, ठीक है ना। काम दे विच कोई किसी किस्म की कोई जो कंप्रोमाइज़ नहीं करते, काम बेहतरीन करते हैं। सामने पूरी वीडियो तुम देख लो, ए देख लो ग्रास शास भी लाया ने कल जरा वा। तो हूँ दुआवा याद रखो, तो इंशाल्लाह मिलसा एक नवी वीडियो के नाल। साढ़े चैनल में जरा सबसक्राइब करो, लाइक करो, तो फैमिली के शेयर करो। तो अल्लाह ने कुर्बान।